ਵੇਖੋ ਪੰਜਾਬ ਚੈਨਲ ਤੇ ਜੀ ਆਨੂੰ ਜਿਉਂਦੇ ਵਸਦੇ ਰਵੋ ਮੈਂ ਕੈਸ ਦਾ ਦਰਾ ਇੱਕ ਹੋਰ ਰਿਐਕਸ਼ਨ ਵੀਡੀਓ ਦੇ ਨਾਲ ਤੁਹਾਡੀ ਖਿਦਮਤ ਵਿੱਚ ਯਕੀਨ ਕਰੋ ਕਿ ਪਾਕਿਸਤਾਨ ਵਿੱਚ ਪਹਿਲੀ ਦਫਾ ਐਸਾ ਹੋਇਆ ਹੈ ਕਿ ਇੰਡੀਆ ਦੀ ਕੋਈ ਫਿਲਮ ਲੱਗੀ ਹੈ ਪੰਜਾਬੀ ਠੀਕ ਹੈ ਉਹ ਅਮਰਿੰਦਰ ਗਿਲ ਤੇ ਸਿਮੀ ਚਾਹਲ ਜਿਹਦੇ ਵਿੱਚ ਪਾਕਿਸਤਾਨੀ ਇਫਤਖਾਰ ਠਾਕ ਔਰ ਨਾਸਰ ਚਨੇਓਟੀ ਅਕਰਮ ਉਦਾਸ ਫੇਰ ਜਨਾਬੇ ali ਐਸੇ ਤਰ੍ਹਾਂ ਕਾਫੀ ਅਦਾਕਾਰਾਂ ਨੇ ਜ਼ਫਰੀ ਖਾਨ ਇਹਨਾਂ ਨੇ ਅਦਾਕਾਰੀ ਕੀਤੀ ਹੈ ਵਿੱਚ ਚੱਲ ਮੇਰਾ ਪੁੱਤ ਟੂ ਉਹ 3 ਹਫਤੇ ਹੋਏ ਲੱਗੇ ਇਹਨੂੰ ਅੱਜ ਤੁਹਾਨੂੰ ਦੱਸਣਾ ਹੈ ਕਿ ਉਹਨੇ ਕਿੰਨਾ ਕ ਬਿਜ਼ਨਸ ਕਰ ਲਿਆ ਹੈ ਪਾਕਿਸਤਾਨ ਜਿਹੜੀ ਪੰਜਾਬੀ ਇੰਡਸਟਰੀ ਹੈ ਨਾ ਫਿਲਮ ਇੰਡਸਟਰੀ ਉਹਨਾਂ ਚ ਰਿਕਾਰਡ ਬਿਜ਼ਨਸ ਹੈ ਕਿ ਇੰਡੀਆ ਦੀ ਕਿਸੇ ਮੂਵੀ ਨੇ ਪੰਜਾਬੀ ਫਿਲਮ ਨੇ ਇੰਨਾ ਜਿਹਾ ਬਿਜ਼ਨਸ ਕੀਤਾ ਹੈ 3 ਹਫਤਿਆਂ ਵਿੱਚ ਨਾ 3 ਹਫਤਿਆਂ ਵਿੱਚ ਚੱਲ ਮੇਰਾ ਪੁੱਤ 2 ਨੇ 4 ਕਰੋੜ ਰੁਪਇਆ ਕਮਾਇਆ ਤੇ ਜਿਹੜੇ ਸਿਨੇਮੇਵਾਲ ਨੇ ਬਹੁਤ ਖੁਸ਼ ਨੇ ਅੱਜ ਹੀ ਮੈਂ ਉਹ ਨਿਊਜ਼ ਉਹ ਸਾਰੀ ਸੁਣ ਰਿਹਾ ਸਾਂ ਸਾਰੀ ਤਫਸੀਲ ਜਿਹੜੀ ਹੈ ਨਾ ਤੇ ਉਹ ਯਕੀਨ ਕਰੋ ਕਿ ਇਹਦੇ ਨਾਲ ਕਹਿੰਦੇ ਨੇ ਕਿ ਪਾਕਿਸਤਾਨ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਨੂੰ ਸਹਾਰਾ ਮਿਲਿਆ ਇੱਕ ਤੇ ਅੱਗੋ ਜਿਹੜੀ ਇਹਨਾਂ ਸੈਦ ਨੂਰ ਸਾਹਿਬ ਦੀ ਵੀ ਇੱਕ ਫਿਲਮ ਜਿਹੜੀ ਹੈ ਨਾ ਉਹ ਹੁਣ ਲੱਗਣ ਜਾ ਰਹੀ ਏ ਕਿਉਂਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਇਹਦੇ ਨਾਲ ਇਹਨਾਂ ਨੂੰ ਸਿਨੇਮਾ ਵਾਲਿਆਂ ਨੂੰ ਇੱਕ ਰੋਜ਼ਗਾਰ ਚੰਗਾ ਮਿਲਿਆ ਚੰਗੇ ਪੈਸੇ ਉਹਨਾਂ ਨੇ ਕਮਾਏ ਨੇ ਤੇ ਇਹ ਇਹ ਤਾਂ ਸਮਝ ਲਓ ਕਿ ਇੱਕ ਉਹਨਾਂ ਦਾ ਦਿਲ ਵੱਧ ਗਿਆ ਇਵੇਂ ਹੁਣ ਦਿਲ ਵੱਧ ਗਿਆ ਫਿਲਮਾਂ ਪਿੱਛੇ ਲੱਗਣ ਗਈਆਂ ਇਸ ਤੋਂ ਬਾਅਦ ਜਿਹੜੀ ਐ ਨਾ ਉਹ ਚੱਲ ਮੇਰਾ ਕੁਮਰਿੰਦਰ ਗਿੱਲ ਦੀ ਉਹਦੇ ਵਿੱਚ ਵੀ ਪਾਕਿਸਤਾਨੀ ਬਹੁਤ ਅਦਾਕਾਰਾਂ ਨੇ ਕੰਮ ਕੀਤਾ ਉਹ ਵੀ ਆ ਰਹੀ ਐ ਇਸ ਤੋਂ ਬਾਅਦ ਉਹ ਲੱਗ ਰਹੀ ਐ ਫਿਰ ਗਿੱਪੀ ਗਰੇਵਾਲ ਦੀ ਪਾਣੀ ਚ ਮਧਾਨੀ ਤੇ ਇਹ ਜਨਾਬੇ ਅਲੀ ਸਮਝ ਲੋ ਕਿ ਇਸ ਤੋਂ ਪਿੱਛੇ ਜਿਹੜਾ ਨਾ ਕੰਮ ਸਮਝੋ ਤੁਰ ਪਿਆ ਹੁਣ ਪੰਜਾਬੀ ਫਿਲਮਾਂ ਵਾਲਾ ਪੰਜਾਬੀ ਫਿਲਮ ਇੰਡਸਟਰੀ ਇੱਕ ਵਾਰੀ ਫੇਰ ਰਾਜ ਕਰਨ ਜਾ ਰਹੀ ਐ ਜੀ ਜਿਹੜੀ ਕਿ ਪਾਕਿਸਤਾਨ ਦੇ ਪਿਛਲੇ ਕਈਆਂ ਜ਼ਮਾਨਿਆਂ ਚ ਹੁੰਦੀ ਸੀ ਮਨਵਰ ਜ਼ਰੀਫ ਰੰਗੀਲਾ ਸਾਹਿਬ ਦੇ ਜ਼ਮਾਨੇ ਵਿੱਚ ਰਾਈ ਸਾਹਿਬ ਦੇ ਜ਼ਮਾਨੇ ਵਿੱਚ ਇਸ ਤੋਂ ਬਾਅਦ ਸੈਦ ਨੂਰ ਸਾਹਿਬ ਦੀ ਫੇਰ ਉਹਨਾਂ ਦੀ ਬੀਗਮ ਸਾਇਮਾ ਫੇਰ ਟਿਕਟੌਕ ਸਟਾਰ ਜੰਨਤ ਮਿਰਜ਼ਾ ਇਹਨਾਂ ਦੀ ਫਿਲਮ ਜਿਹੜੀ ਪਿੱਛੇ ਆ ਰਹੀ ਹੈ ਜਿਹੜੀ ਕਿ ਨੂਰ ਸਾਹਿਬ ਨੇ ਬਣਾਈ ਤੇਰੇ ਬਾਜਰੇ ਦੀ ਰਾਖੀ ਉਹ ਵੀ ਪੰਜਾਬੀ ਮੂਵੀ ਏ ਉਹਦੇ ਤੇ ਵੀ ਬਹੁਤ ਜ਼ਿਆਦਾ ਇਨਹਸਾਰ ਕੀਤਾ ਜਾ ਰਿਹਾ ਕਿ ਇੱਕ ਸੁਪਰ ਹਿੱਟ ਜਿਹੜੀ ਇਹ ਮੂਵੀ ਸਾਬਤ ਹੋਏਗੀ ਤੇ ਅਦਾਕਾਰ ਜਿਹੜੇ ਨੇ ਅੱਜ ਉਹਨਾਂ ਦੀ ਤਕਰੀਬ ਵਿੱਚ ਵੇਖ ਰਿਹਾ ਸਾਂ ਕਿ ਉਹ ਇਫਤਖਾਰ ਠਾਕਰ ਸਾਹਿਬ ਫਿਰ ਰਾਸ਼ਦ ਸਾਹਿਬ ਬਹੁਤ ਸਾਰੇ ਜਿਹੜੇ ਨੇ ਫਿਲਮੀ ਸਤਾਰੇ ਇਕੱਠੇ ਹੋਏ ਸੀ ਤੇ ਇੱਕ ਉਹਨਾਂ ਨੂੰ ਚਾਹ ਚੜਿਆ ਸੀ ਯਾਰ ਕਿ ਚਲੋ ਚਾਹੇ ਉਹ ਕਿ ਚੜਦੇ ਪੰਜਾਬ ਦੀ ਕਿਸੇ ਮੂਵੀ ਨਾਲ ਪਾਕਿਸਤਾਨ ਦੀ ਜਿਹੜੀ ਇੰਡਸਟਰੀ ਨੂੰ ਸਹਾਰਾ ਮਿਲ ਰਿਹਾ ਇਹਦੇ ਨਾਲ ਜਿਹੜੇ ਪਾਕਿਸਤਾਨ ਦੇ ਬਣਾਉਣ ਵਾਲੇ ਫਿਲਮ ਸਾਜ਼ ਨੇ ਡਾਇਰੈਕਟਰ ਨੇ ਉਹਨਾਂ ਦਾ ਹੌਸਲਾ ਵਧਿਆ ਉਹ ਵੀ ਅੱਗੇ ਇੰਜ ਦੀਆਂ ਮੂਵੀਜ਼ ਬਣਾਣਗੇ ਹੁਣ ਸੈਦ ਨੂਰ ਸਾਹਿਬ ਅਗੇ ਗੁਜ਼ਾਰਿਸ਼ ਹੈ ਵੇ ਕਿ ਜਿਵੇਂ ਅਸੀਂ ਇੰਨੀ ਦੇਰ ਦਾ ਰੋਲਾ ਪਾਇਆ ਕਿ ਯਾਰ ਕੋਈ ਅੱਛੀ ਕਹਾਣੀ ਹੋਣਾ ਕੋਈ ਫੈਮਿਲੀ ਫਿਲਮ ਲੈ ਕੇ ਆਓ। ਕੀ ਆ ਇਹ ਜਾ ਰਿਹਾ ਕਿ ਤੇਰੇ ਬਾਜਰੇ ਦੀ ਰਾਖੀ ਇੱਕ ਫੈਮਿਲੀ ਮੂਵੀ ਹੋਏਗੀ। ਵੇਖੋ ਹੁਣ ਇਹਦੇ ਗੱਲ ਸਹੀ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤੇ ਹੁਣ ਫਿਲਮ ਲੱਗੇਗੀ ਸੈਨਮੇ ਤੇ ਫਿਰ ਪਤਾ ਚੱਲੇਗਾ। ਲੇਕਿਨ ਇਹ ਵੇਖ ਕੇ ਸਮਝ ਲਓ ਚੱਲ ਮੇਰਾ ਪੁੱਤ 2 ਨੇ ਇੱਕ ਜਿਹੜਾ ਨੇ ਇੱਕ ਦਰਵਾਜ਼ਾ ਖੋਲ ਦਿੱਤਾ ਕਿ ਇੱਕ ਫਿਲਮ ਇੰਡਸਟਰੀ ਇੱਕ ਅੱਛੀਆਂ ਫਿਲਮਾਂ ਜਿਹੜੀਆਂ ਲਾਂਚ ਕੀਤੀਆਂ ਜਾਣ ਜਿੰਨਾਂ ਵਿੱਚੋਂ ਉਧਰੋਂ ਵੀ ਫਿਲਮਾਂ ਆ ਰਹੀਆਂ ਨੇ ਤੇ ਇਧਰ ਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਨੇ ਉਹਨਾਂ ਦੇ ਵੀ ਦਿਲ ਵੱਦੇ ਨੇ ਉਹ ਵੀ ਹੁਣ ਸਮਝੋ ਕਿ ਬਹੁਤ ਸਾਰੀਆਂ ਫਿਲਮਾਂ ਦੇ ਐਲਾਨਾਤ ਹੋ ਰਹੇ ਨੇ ਬਣਨ ਦੇ ਫਿਰ ਲੱਗਣ ਦੇ ਸਿਨੇਮਾ ਵਿੱਚ ਜਿਹੜੀਆਂ ਫਿਲਮਾਂ ਰੁਕੀਆਂ ਸੀ ਤੇ ਰੱਬ ਕਰੇ ਕਿ ਅੰਜ ਦੀਆਂ ਕਿ ਅੱਛੀਆਂ ਕਹਾਣੀਆਂ ਅੱਛੀਆਂ ਸਟੋਰੀਆਂ ਜਿਹੜੀਆਂ ਨੇ ਆਵਾਮ ਤੱਕ ਪਹੁੰਚਣ ਤੇ ਐਂਟਰਟੇਨਮੈਂਟ ਦਾ ਸਮਾਨ ਤੇ ਹੋਣਾ ਚਾਹੀਦਾ ਲੇਕਿਨ ਇਹ ਕਿ ਚਵਲਾ ਨਹੀਂ ਮਾਰਨੀਆਂ ਚਾਹੀਦੀਆਂ ਆਪਣਾ ਕਲਚਰ ਵਿਖਾਓ ਤੁਸੀਂ ਜੋ ਕੁਝ ਹੁੰਦਾ ਹੈ ਜ਼ਮਾਨੇ ਵਿੱਚ ਲੇਕਿਨ ਵਲਗਰ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਅਸੀਂ ਤੇ ਇਹ ਸਭ ਨੂੰ ਕਹਿੰਨੇ ਆ ਤੇ ਅਜੇ ਇੱਕ ਖਬਰ ਸੀ ਜਿਹੜੀ ਮੇਰੇ ਤੱਕ ਆਈ ਹੈ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ ਤੇ ਅੱਛੀਆਂ ਚੀਜ਼ਾਂ ਦੀ ਜਿਹੜੀ ਹੈ ਨਾ ਹਮੇਸ਼ਾ ਹਰ ਕੋਈ ਕਦਰ ਕਰਦਾ ਹੈ ਤੇ ਲੋਕੀ ਵੇਖਦੇ ਨੇ ਇੱਜ਼ਤ ਕਰਦੇ ਨੇ ਠੀਕ ਮਾੜੀਆਂ ਚੀਜ਼ਾਂ ਨੂੰ ਕੋਈ ਨਹੀਂ ਜੇ ਵੇਖਦਾ ਤੇ ਹੁਣ ਅੱਛੇ ਦਾ ਜ਼ਮਾਨਾ ਹੈ ਅੱਛਾ ਕੁਝ ਵਿਖਾਓਗੇ ਤੇ ਉਹ ਹੀ ਵੇਖਦਾ ਤੇ ਆਪਣਾ ਬਹੁਤ ਸਾਰਾ ਖਿਆਲ ਰੱਖੋ ਰੱਬ ਰੱਖਾ ਜੀ